ਬਾਕੀ ਭਾਈ ਨੇ ਯਾਮਾ ਪੂਰੀ ਰੀਝ ਨਾਲ ਤਿਆਰ ਕੀਤਾ ਪਿਆ ਆ, ਤੇ ਹੁਣ ਇਹਦਾ ਪੂਰਾ ਗੇੜਾ ਕੱਢ ਕੇ ਆਉਂਦੇ ਹਾਂ ਇੱਕ ਵਾਰੀ, ਸਾਰੇ ਗੇੜ ਟੈਸਟ ਕਰਦੇ ਹਾਂ ਕਿ ਪਹਿਲਾ ਗੇੜ ਕਿੰਨੇ ਲੱਗਦਾ ਆ। ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ, ਅਤੇ ਇੱਕ ਵਾਰੀ ਫਿਰ ਤੋਂ ਸਵਾਗਤ ਆ ਅੱਜ ਦੇ ਘੈਂਟ ਜਿਹੇ ਵਲੌਗ ਵਿੱਚ। ਅਤੇ ਬਾਕੀ ਟਾਈਟਲ ਅਤੇ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗੀ ਗਿਆ ਹੋਊਗਾ, ਯਾਮਾ RX 135 ਅਤੇ ਆਪਣੇ ਵਿੱਚ ਆਇਆ। ਕਈ ਵੀਰ ਕਹਿੰਦੇ ਪਏ ਸੀਗੇ ਕਿ ਇੱਕ ਵਾਰੀ ਪੂਰਾ ਡਿਟੇਲ ਰਿਵਿਊ ਦੱਸੋ ਕਿ ਮਤਲਬ ਜਿੱਦਾਂ ਯਾਮਾ ਲੈਣਾ ਹੋਵੇ ਕਿੰਨੇ ਦੇ ਮਤਲਬ ਪੈਂਦਾ ਆ, ਮਤਲਬ ਕੋਈ ਪੁਰਾਣਾ ਹੋਵੇ ਉਹਨੂੰ ਤਿਆਰ ਕਰਨਾ, ਉਹੀ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ। ਅਤੇ ਬਾਕੀ ਚੈਨਲ 'ਤੇ ਨਵੇਂ ਆਇਓ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰ ਦਿਓ ਅਤੇ ਕਰਦੇ ਹਾਂ ਵਲੌਗ ਸ਼ੁਰੂ। ਅਤੇ ਆਪਣੇ ਵਿੱਚ ਹੈਗਾ ਯਾਮਾ RX ਕਿਹੜਾ ਭਾਅ ਜੀ, ਇਹ 135 ਭਾਅ ਜੀ, RX 135 ਆ। ਅਤੇ ਬਾਕੀ ਦੇਖਣ ਨੂੰ ਮਤਲਬ ਲੁੱਕ ਇਹਦੀ ਜਿਹੜੀ ਹੈਗੀ ਆ ਮਤਲਬ ਬਹੁਤ ਹੀ ਘੈਂਟ ਲੱਗਦਾ ਹੈ ਨਾ, ਅਤੇ ਮਤਲਬ ਇੱਕ ਵਾਰੀ ਜਿਹੜਾ ਬੰਦਾ ਇਹਦੇ ਵੱਲ ਦੇਖੂਗਾ ਮਤਲਬ ਦੇਖਦਾ ਹੀ ਰਹਿ ਜੂਗਾ। ਅਤੇ ਬਾਕੀ ਭਾਈ ਨੇ ਯਾਮਾ ਪੂਰੀ ਰੀਝ ਨਾਲ ਤਿਆਰ ਕੀਤਾ ਪਿਆ ਆ, ਅਤੇ ਅਲੋਏ ਅਲੂਏ ਵੀ ਪਾਏ ਹੋਏ ਪਏ ਭਾਈ। ਟੋਟਲ ਕੋਸਟਿੰਗ ਜਿੱਦਾਂ ਕਿੰਨੀ ਆ ਚੁੱਕੀ ਹੈ ਇਹਨੂੰ ਤਿਆਰ ਕਰਾਉਣ 'ਤੇ? ਯਾਮਾ ਸਾਡੇ ਤੋਂ ਪੁਰਾਣਾ ਆਪਣਾ ਹੀ ਸੀਗਾ। ਹਾਂਜੀ, ਤਿਆਰ ਕਰਾਉਣ 'ਤੇ ਘੱਟੋ ਘੱਟ 90,000 ਲੱਗ ਗਿਆ। ਅੱਛਾ, ਇਕੱਲਾ ਤਿਆਰ ਕਰਾਉਣ 'ਤੇ 90,000 ਲੱਗ ਗਿਆ ਅਲੋਏ ਵੀਲ ਸਭ ਕੁਛ ਪਾ ਕੇ? ਅਤੇ ਬਾਕੀ ਭਾਈ ਨੇ ਯਾਮਾ ਪੂਰੀ ਰੀਝ ਨਾਲ ਤਿਆਰ ਕੀਤਾ। ਜਾਲੀ ਭਾਅ ਜੀ ਵਿੱਚ ਹੀ ਇਹਦੇ? ਅੱਛਾ, ਸਲਾਂਸਰ ਓਰੀਜਨਲ ਹੈ ਇਹਦਾ? ਤੇ ਜੈਨੂਨ ਹੈ ਸਾਰਾ? ਠੀਕ ਆ। ਇੱਕ ਵਾਰੀ ਭਾਈ ਸਟਾਰਟ ਕਰਿਓ, ਇੱਕ ਵਾਰੀ ਸਾਊਂਡ ਚੈੱਕ ਕਰਾਇਓ। ਇੱਕ ਵਾਰੀ ਸਾਊਂਡ ਚੈੱਕ ਕਰੋ ਇਹਦੀ, ਮਤਲਬ ਜਿੱਦਾਂ ਨਾ ਉਹ ਕਹਿੰਦੇ ਨੇ ਗਾਣਾ ਨੀ ਭਾਅ ਜੀ, ਇੱਕ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ, ਉਹ ਵਾਲੀ ਗੱਲ ਆ। ਮਤਲਬ ਅੱਧੀ ਕਿੱਕ ਤੇ ਸਟਾਰਟ ਹੁੰਦਾ, ਇਹੀ ਖਾਸੀਅਤ ਹੈ ਇਹਦੀ। ਤੇ ਬਾਕੀ ਦੀ ਟੌਪ ਉਹਦਾ 140 ਤੱਕ, ਉਹਦਾ ਟੌਪ ਸਪੀਡ ਭਾਅ ਜੀ ਕਿੰਨੀ ਉਦਾਂ ਇਹਦੀ, ਕਿੰਨੇ ਤੱਕ ਲਾਇਆ ਤੁਸੀਂ ਅੱਜ ਤੱਕ? 130 ਤੱਕ ਲੱਗ ਜਾਂਦਾ ਆ, ਤੇ ਉਹਦਾ 130 ਤੱਕ ਲੱਗ ਜਾਂਦਾ ਪੂਰਾ। ਇੱਕ ਵਾਰੀ ਇਹਦਾ ਪਿਕਅਪ ਵੀ ਟੈਸਟ ਕਰਾਉਂਗੇ, ਮਤਲਬ ਇਹਦਾ ਭਜਾ ਕੇ ਵੀ ਦੇਖਾਂਗੇ, ਕੋਈ ਗੱਲ ਨਹੀਂ। ਤੇ ਬਾਕੀ ਹੁਣ ਭਾਅ ਜੀ ਜਿਹੜਾ ਸ਼ੌਂਕ ਆ, ਸ਼ੌਂਕ ਦਾ ਕੋਈ ਮੁੱਲ ਨਹੀਂ। ਬਿਲਕੁਲ ਬਿਲਕੁਲ, ਸ਼ੌਂਕ ਦਾ ਕੋਈ ਮੁੱਲ ਨਹੀਂ ਹੈ, ਭਾਈ ਨੇ ਪੂਰੀ ਰੀਝ ਨਾਲ ਤਿਆਰ ਕੀਤਾ ਹੈ ਜਾਮਾ। ਚਲੋ ਪੂਰਾ ਗੇੜਾ ਕੱਢ ਕੇ ਆਉਂਦੇ ਹਾਂ ਇੱਕ, ਅਤੇ ਭਾਈ ਪਹਿਲੇ ਗੇੜ ਦੇਖਦੇ ਕਿੰਨੇ ਦੇ ਆਉਂਦਾ ਪਹਿਲੇ ਗੇੜ 'ਤੇ? ਕਿਹੜੇ? ਚਲੋ ਹੁਣ ਕਰਦੇ ਤਾਂ ਪਿਕਅਪ ਟੈਸਟ। ਸਾਰੇ ਗੇੜ ਭਾਅ ਜੀ ਕਰੇ ਕੋਈ ਟੈਸਟ ਪਹਿਲੇ ਤੋਂ ਕਰਨਾ? ਦੂਜਾ 50 ਦੇ, ਤੀਜਾ 80 ਦੇ, ਚੌਥਾ ਲੱਗਾ ਨੀ, ਮਤਲਬ ਪੂਰਾ ਲੱਗਾ ਨੀ ਚੌਥਾ।
ਲੱਗਣਾ ਨਹੀਂ ਆ ਰੋਡ। ਉਦੋਂ ਹਾਈਵੇ ਤੇ ਕਿੰਨਾ ਲਾਇਆ ਸੀਗਾ ਉਦੋਂ? ਉਦੋਂ ਹੋਏ 100 120 ਟੱਪ ਗਿਆ ਸੀ, 20-25 ਦੇ ਸੀਗਾ। ਅੱਛਾ 120-25 ਦੇ ਸੀਗਾ। ਤੇ ਹੁਣੀ ਹੁਣੀ ਯਾਰ ਇਹਦਾ ਪਿਕਅਪ ਟੈਸਟ ਕੀਤਾ, ਤੇ ਜਿਹਨੂੰ ਕਹਿੰਦੇ ਆ ਨਾ ਉੱਡਦਾ ਹੀ ਜਾਂਦਾ, ਮਤਲਬ ਤਾਂ ਹੀ ਹੈ ਨਾ ਬਾਈ, ਤਾਂ ਹੀ ਮੇਰੇ ਨਾਲ ਬੰਦ ਹੋਇਆ ਹੈ ਕਿ ਯਾਮਾ ਜਿਹੜਾ ਆਰ ਐਕਸ ਜਿਹੜਾ ਜੋ ਵੀ ਆ ਸਾਰੇ, ਮਤਲਬ ਤਾਂ ਕਰਕੇ ਬੰਦ ਹੋਏ। ਕੰਪਨੀ ਤਾਂ ਹੈਗੀ ਯਾਮੇ ਦੀ, ਯਾਮਾ ਉੱਦਾਂ ਹੈਗਾ, ਪਰ ਜਿਹੜਾ ਆਹ ਆਰ ਐਕਸ 135 ਏ ਸੀ ਕਰਕੇ ਬੰਦ ਹੋਏ ਆ। ਹਾਂ ਆ ਜਾਣੇ ਤਾਂ ਵਧੀਆ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਯੰਗਸਟਰ ਆ ਨਾ ਉਹਨਾਂ ਵਿੱਚ ਬਹੁਤ ਹੀ ਕਰੇਜ਼ ਆ ਇਹਦਾ, ਅਤੇ ਇਸ ਕਰਕੇ ਜਿੱਦਾਂ ਮਤਲਬ ਜਿਹੜੇ ਅੱਜ ਦੇ ਯੰਗਸਟਰ ਆ ਜਿੱਦਾਂ ਮਤਲਬ ਇਹਨੂੰ ਚਲਾਉਣਾ ਬਹੁਤ ਹੀ ਪਸੰਦ ਕਰਦੇ ਆ, ਅਤੇ ਉਹਦਾ ਦੇਖਣ ਨੂੰ ਵੀ ਬਹੁਤ ਚੀਜ਼ ਘੈਂਟ ਲੱਗਦੀ ਆ। ਜਿੱਦਾਂ ਇੱਕ ਵਾਰੀ ਭਾਜੀ ਨੇ ਪੂਰਾ ਰੀਝ ਨਾਲ ਤਿਆਰ ਕੀਤਾ, ਜਿੱਦਾਂ ਲੋਇਰ ਵੀ ਪਾਇਓ ਪਏ ਐਨ ਪੂਰਾ ਲਿਸ਼ਕਾ ਕੇ ਰੱਖਿਆ ਪਿਆ ਭਾਜੀ ਨੇ, ਅਤੇ ਮਤਲਬ ਚਲਾਉਣ ਵਾਲਾ ਬੰਦਾ ਮਤਲਬ ਘੈਂਟ ਲੱਗਦਾ ਪੂਰਾ। ਪਿਕਅਪ ਦਾ ਭਾਜੀ ਮੈਂ ਚੈੱਕ ਨਹੀਂ ਕੀਤਾ, ਪਿਕਅਪ ਦਾ ਕਿੰਨਾ ਪਹਿਲੇ ਗੇਅਰ 'ਤੇ ਕਿੰਨਾ ਗਿਆ ਸੀਗਾ ਉਹਦਾ? ਪਹਿਲੇ ਤਾਂ ਗਿਆ ਜੀ ਇਹ ਉਹੀ 32-33। ਅੱਛਾ ਦੂਜੇ ਤੇ? ਦੂਜਾ ਗਿਆ ਸੀ 52-53 ਤੇ ਗਿਆ ਹੁਣ। ਤੀਜਾ? ਤੀਜਾ 80। ਚੌਥਾ ਲੱਗਾ ਨਹੀਂ ਪੂਰਾ? ਜਦੋਂ ਪੂਰਾ ਚੌਥਾ ਪੂਰਾ ਲਾ ਦਈਏ ਜਦੋਂ ਚੌਥਾ ਗੇਅਰ ਦਾ ਮਤਲਬ ਕਿੱਥੇ ਦਾ ਪਹੁੰਚ ਜਾਂਦਾ ਉਹਦਾ? ਜੇ ਤਾਂ ਦੋ ਜਾਣੇ ਹੋਣ ਫਿਰ ਤਾਂ ਉਹੀ 115 115 ਤੱਕ ਚੱਲ ਜਾਂਦਾ, ਜੇ ਇਕੱਲਾ ਹੋਵੇ ਫਿਰ 125-25 ਤੱਕ। ਅੱਛਾ ਠੀਕ ਹੈ ਠੀਕ ਹੈ। ਇਹਦਾ ਭਾਈ ਸਪੀਡ ਸਪੂਡ ਦਾ ਵੀ ਕੁਛ ਕੀਤਾ ਇਹਦਾ? ਸਪੀਡ ਦਾ ਕੁਛ ਨਹੀਂ ਕੀਤਾ, ਇੱਕ ਆਹ ਪਾਇਆ ਆ ਫਿਰ। ਅੱਛਾ ਇਹਦਾ ਕੀ ਇਹਦਾ ਟੋਟਲ ਹੁੰਦਾ ਇਹ? ਅੱਛਾ ਇਹਦਾ ਕੀ ਹਿਸਾਬ ਦੱਸੋ ਮਾੜਾ ਜਿਹਾ। ਇਹ ਹੁੰਦਾ ਜਿੱਦਾਂ ਆਹ ਦੇਖੋ ਬਸ ਇੱਥੇ ਖਤਮ ਰੇਸ। ਅੱਛਾ ਇਹਦਾ ਕੀ ਹਿਸਾਬ ਉੱਦਾਂ? ਇਹ ਹੁੰਦਾ ਕਿ ਜਿੱਦਾਂ ਡਰੈਗ ਰੇਸ ਵਾਲੇ ਹੁੰਦਾ ਉੱਦਾਂ ਇਹ ਬਣਿਆ, ਜਾਂ ਫਿਰ ਪਹਾੜਾ ਪੂੜਾ ਵਾਸਤੇ ਵਧੀਆ ਹੈ ਇਹ ਚੀਜ਼ ਹੁੰਦੀ। ਇਹਦੇ ਵਿੱਚ ਜਿੱਦਾਂ ਬੈਰਿੰਗ ਹੁੰਦਾ ਲੱਗਾ, ਸੋਫਟ ਚੱਲਦੀ ਹੈ ਥੋੜ੍ਹੀ ਰੇਸ। ਜਿੱਦਾਂ ਇਹ ਜਿਹੜੀ ਦੂਸਰੀ ਰੇਸ ਹੁੰਦੀ ਆ ਉਹ ਜਿੱਦਾਂ 300 320 ਤੇ ਜਾ ਕੇ ਆਪਾਂ ਪੂਰੀ ਹੁੰਦੀ ਆ, ਤੇ ਜਿਹੜੀ ਇਹ ਵਾਲੀ ਆ ਇਹ ਤੁਸੀਂ ਮੰਨ ਲਓ ਉਹੀ 90 ਤੇ ਖਿੱਚ ਲੈਣੀ ਇਹਨੇ ਪੂਰੀ, 90 ਡਿਗਰੀ ਤੇ ਖਿੱਚ ਲੈਣੀ, ਉਹ 320 ਤੇ ਪੂਰੀ ਖਿੱਚਣੀ। ਠੀਕ ਆ, ਉਹਨਾਂ ਫਰਕ ਪੈ ਜਾਂਦਾ। ਉੱਦਾਂ ਯਾਰ ਭਾਈ ਜੀ ਕਿਸੇ ਨੇ ਯਾਮਾ ਜਿੱਦਾਂ ਕਿਸੇ ਕੋਲ ਪਿਆ ਹੋਵੇ ਜਿਹਦਾ ਤੁਹਾਡੇ ਤੋਂ ਵੀ ਇਹ ਸੀਗਾ ਯਾਮਾ ਉੱਦਾਂ, ਅਤੇ ਕਿੰਨੇ ਦਾ ਮਤਲਬ ਜੇ ਯਾਮਾ ਪਿਆ ਹੋਵੇ ਉਹਨੂੰ ਤਿਆਰ ਕਰਾਉਣਾ ਹੋਵੇ ਕਿੰਨੀ ਕੋਸਟਿੰਗ ਆ ਜੂਗੀ ਐਸਟੀਮੇਟ? ਜੇ ਤਾਂ ਉਹਦੇ ਕੋਲ ਪਿਆ ਹੋਵੇ ਫਿਰ ਤਾਂ ਉਹੀ 90,000 ਰੁਪਈਆ। ਅੱਛਾ 90,000 ਲੱਗ ਜੂਗਾ ਉਹਨੂੰ ਮਤਲਬ ਪੂਰਾ ਤਿਆਰ ਕਰਾਉਣ ਦਾ? ਠੀਕ ਆ, ਅਤੇ 1,000 ਰੁਪਈਆ ਲੱਗ ਜਾਂਦਾ ਬੜੇ ਆਰਾਮ ਨਾਲ। ਅੱਛਾ ਜੇ ਉੱਦਾਂ ਬਾਕੀ ਸ਼ੌਂਕ ਦਾ ਤੈਨੂੰ ਪਤਾ ਕੋਈ ਮੁੱਲ ਹੈ ਨਹੀਂ। ਬਿਲਕੁਲ ਬਿਲਕੁਲ, ਸ਼ੌਂਕ ਬਾਕੀ ਲਾਣ ਨੂੰ ਤਾਂ ਮੈਂ 2 ਲੱਖ 4 ਲੱਖ ਲਾ, ਉਹ ਤੇਰੀ ਮਰਜ਼ੀ ਆ। ਹੋਰ ਬਾਕੀ ਤੁਸੀਂ ਕਹਿੰਦੇ ਸਮਾਨ ਵੀ ਮੰਗਾ ਰਹੇ ਹੋ ਕੁਛ ਬਾਹਰੋਂ ਜਿੱਦਾਂ ਇੰਡੋਨੇਸ਼ੀਆ? ਉਹ ਹਜੇ ਮੰਗਾਵਾਂਗੇ, ਉਹਦਾ ਵੀ ਆਪਾਂ ਕੋਈ ਉਹਦਾ ਵੀ ਕੋਈ ਗੱਲ ਨਹੀਂ, ਚੈੱਕ ਕਰਾਵਾਂਗੇ ਆਪਾਂ ਜ਼ਰੂਰ। ਅਤੇ ਹੁਣ ਇਹ ਦੱਸੋ ਭਾਜੀ ਜੇ ਯਾਮਾ ਕਿਸੇ ਨੇ ਲੈਣਾ ਹੋਵੇ, ਕਈ ਵੀਰ ਕਹਿੰਦੇ ਕਿ ਆਪਣੇ ਕੋਲ ਭਾਜੀ ਯਾਮਾ ਹੈ ਨਹੀਂਗਾ, ਅਤੇ ਯਾਮਾ ਸਾਨੂੰ ਨਵਾਂ ਲੈਣਾ, ਉਹਨੂੰ ਟੋਟਲ ਕਿੰਨੀ ਕੋਸਟਿੰਗ ਆ ਜੂਗੀ? ਮਤਲਬ ਜਿੱਦਾਂ ਪੂਰੇ ਕਾਲਾ ਦਾ ਮਿਲ ਜਾਂਦੇ ਸਸਤੇ? ਹਾਂਜੀ ਹੁਣ ਕਾਫੀ ਜਿੱਦਾਂ ਰੇਟ ਮਹਿੰਗੇ ਹੋ ਗਏ, ਤੁਸੀਂ ਮਤਲਬ ਬਿਨਾਂ ਤਿਆਰ ਤੋਂ ਵੀ ਲੈਣੇ ਆ, ਬਿਨਾਂ ਤਿਆਰ ਤੋਂ ਵੀ ਉਹੀ ਮਿਲ ਜਾਂਦਾ 40-50,000 ਤੋਂ ਘੱਟ ਤਾਂ ਮਿਲਣਾ ਨਹੀਂ, ਨਹੀਂ ਮਿਲਦਾ, ਨਹੀਂ ਮਿਲਦਾ। ਬਾਕੀ ਰੇਅਰ ਹੋ ਗਏ ਹੁਣ, ਮਿਲਦੇ ਨਹੀਂ, ਨਹੀਂ ਮਿਲਦੇ ਕਿਉਂਕਿ ਜਦੋਂ ਦਾ ਕਰੇਜ਼ ਵੱਧ ਗਿਆ ਹੈ। ਤੇ ਕਲਰ ਭਾਜੀ ਦਾ ਪਹਿਲਾਂ ਕਿਹੜਾ ਸੀਗਾ ਜਦੋਂ ਤੁਹਾਡਾ ਸੀਗਾ ਪਹਿਲਾਂ? ਇਹੀ ਸੀਗਾ ਭਾਜੀ, ਇਹੀ ਕਲਰ ਸੀਗਾ, ਇਹੀ ਕਲਰ ਹੈ। ਠੀਕ ਆ, ਪੂਰਾ ਚਮਕਾ ਕੇ ਰੱਖਿਆ, ਪੂਰਾ ਚਮਕਾ ਕੇ ਰੱਖਿਆ ਭਾਜੀ ਨੇ, ਮਤਲਬ ਪੂਰੀ ਗੱਲਬਾਤ ਪੂਰਾ, ਮਤਲਬ ਹੈ ਨਾ ਉਹੀ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹੈ ਨਾ। ਅਤੇ ਅਲੋਏ ਵੀਲਸ ਵੀ ਭਾਜੀ ਵਧੀਆ ਲੱਗ ਰਹੇ ਨੇ, ਇਹ ਕਿਹੜੇ ਮਤਲਬ ਬਾਅਦ ਚੋਂ ਪਾਏ ਇਹ? ਇਹ ਭਾਜੀ ਬਾਅਦ ਚੋਂ, ਪਹਿਲਾਂ ਰਿਮ ਸੀਗੇ ਦੂਸਰੇ, ਹਾਂ ਜਿਹੜੇ ਕੰਪਨੀ ਚੋਂ ਆਉਂਦੇ ਆ। ਠੀਕ ਆ, ਬਾਕੀ ਸਾਰਾ ਜੈਨੂਅਨ ਆ, ਬਸ ਇੱਕ ਅਲੋਏ ਹੀ ਆ ਇਹਨੂੰ ਬਦਲੇ, ਬਾਕੀ ਸਾਰਾ ਜੈਨੂਅਨ ਆ। ਬਾਕੀ ਉਹ ਕੰਪਨੀ ਚ ਹੁੰਦਾ ਉਹੀ ਪਵਾਇਆ, ਹੋਰ ਕੁਝ ਨਹੀਂ ਆਪਾਂ ਬਦਲੇ, ਨਾ ਕੋਈ ਜਾਲੀ ਜੂਲੀ ਕੁਝ ਨਹੀਂ ਕੱਢੀ ਇਹਦੀ। ਜੋ ਕੁਝ ਵੈਸੇ ਜਾਲੀ ਦੇ ਨਾਲ ਵੀ ਆਵਾਜ਼, ਜਾਲੀ ਦੇ ਨਾਲ ਵੀ ਆਵਾਜ਼ ਬਹੁਤ ਵਧੀਆ ਆਉਂਦੀ ਉਦਾਂ,
ਨੁਕਸਾਨ ਕੋਈ ਜਾਲੀ ਜੇ ਕਢਾ ਦਿੱਤੀ ਦਾ ਇਹ ਰੇਸ ਦਿਓ ਭਾਈ ਮਾੜੀ ਤੇ ਭਾਈ ਜਿੱਦਾਂ ਹੁਣ ਸਟਾਰਟ ਹੋਇਆ ਆ ਜਿੱਦਾਂ ਇਹ ਧੂੰਆਂ ਮਾਰਿਆ ਮਾੜਾ ਮਾੜਾ ਜਿੱਦਾਂ ਕਈ ਜਿੱਦਾਂ ਮੋਟਰਸਾਈਕਲ ਹੁੰਦੇ ਜਿੱਦਾਂ ਜਿਹੜੇ ਸੀਜ਼ ਕਹਿੰਦੇ ਸੀਜ਼ ਹੋ ਜਾਣਾ ਆ ਧੂੰਆਂ ਮਾਰਨ ਲੱਗ ਪਿਆ ਇਹਦਾ ਕੀ ਹਿਸਾਬ ਆ ਇਹ ਭਾਜੀ ਇਹਦੀ ਜਿਹੜਾ ਆਪਣਾ ਲੁਬਰੀਕੇਸ਼ਨ ਹੁੰਦੀ ਨਾ ਜਿਹੜੀ ਆਪਣੀ ਇਹਦੇ ਵਿੱਚ ਟੂਟੀ ਓਇਲ ਪੈਂਦਾ ਅੱਛਾ ਇਹ ਧੂੰਆਂ ਮਾਰਨੇ ਮਾਰਨਾ ਇਹਦੀ ਇੰਜਨ ਦੀ ਲਾਈਫ ਆ ਜੇ ਨਾ ਮਾਰੂਗਾ ਤੇ ਉਹਦਾ ਜਿਹੜਾ ਪਿਸਟਨ ਇਹਦੇ ਜਿੱਦਾਂ ਕਾਰਬੋਰੇਟਰ ਦੇ ਵਿੱਚ ਜਾਂਦਾ ਟੂਟੀ ਓਇਲ ਜਾਂਦਾ ਉਹ ਹੌਲੀ ਹੌਲੀ ਉਹਦੇ ਉੱਤੇ ਪਈ ਜਾਣਾ ਠੀਕ ਆ ਜਿੱਦਾਂ ਅੱਜ ਕੱਲ ਦੇ ਜਿਹੜੇ ਮੋਟਰਸਾਈਕਲ ਆਉਂਦੇ ਆ ਹਾਂਜੀ ਉਹਨਾਂ ਦਾ ਹੋਰ ਹਿਸਾਬ ਆ ਇਹਦਾ ਜਿਹੜਾ ਪੁਰਾਣੇ ਹਿਸਾਬ ਦੇ ਨਾਲ ਆ ਇਹਦੇ ਜਿਹੜਾ ਟੂਟੀ ਓਇਲ ਉਹ ਪਿਸਟਨ ਦੇ ਉੱਤੇ ਪੈਂਦਾ ਧੂੰਆਂ ਮਾਰਨਾ ਵਧੀਆ ਇਹਦਾ ਉਹ ਜੇ ਪਿਸਟਨ ਦੇ ਉੱਤੇ ਪਊਗਾ ਤੇ ਉਹ ਰੈਲਾ ਚੱਲਦਾ ਅੱਛਾ ਧੂੰਆਂ ਮਾਰਨਾ ਵਧੀਆ ਇਹਦਾ ਮਤਲਬ ਇਹਦਾ ਠੀਕ ਆ ਧੂੰਆਂ ਮਾਰਨਾ ਵਧੀਆ ਵਧੀਆ ਇਹਦਾ ਇਹ ਮਾਰਦੇ ਹੀ ਆ ਠੀਕ ਆ ਇਹ ਹੋ ਗਏ ਚੇਤਕ ਸਕੂਟਰ ਹੋ ਗਏ ਹਾਂ ਹਾਂ ਸਟੋਕ ਚ ਆ ਜਾਂਦੇ ਉਹ ਇਹ ਸਟੋਕ ਚ ਆ ਜਾਂਦੇ ਸਾਰ ਠੀਕ ਆ ਠੀਕ ਆ ਤੇ ਹੁਣ ਯਾਰ ਮਿੱਤਰੋ ਜਿਹੜਾ ਆਪਾਂ ਯਾਮੇ ਦਾ ਡਿਟੇਲ ਰਿਵਿਊ ਆ ਪੂਰਾ ਚੈੱਕ ਕਰਾ ਦਿੱਤਾ ਆ ਭਾਈ ਹੁਣ ਸਾਰਾ ਦੱਸਿਆ ਕਿ ਯਾਮਾ ਮਤਲਬ ਕਿੰਨੇ ਦਾ ਕੋਸਟਿੰਗ ਪਈ ਜੇ ਨਵਾਂ ਲੈਣਾ ਹੋਵੇ ਕਿੰਨੇ ਦਾ ਪੈ ਜੂਗਾ ਮਤਲਬ ਬੇਸਿਕਲੀ ਇਹ ਸ਼ੌਂਕ ਦੀ ਚੀਜ਼ ਆ ਅਤੇ ਬਾਕੀ ਇਹਦੀ ਐਵਰੇਜ ਉਵਰ ਤਾਂ ਘੱਟੇ ਹੀ ਹੁੰਦੀ ਅਤੇ ਮਤਲਬ ਜਿੱਦਾਂ ਇੰਨੀ ਨਹੀਂ ਹੁੰਦੀ ਅਤੇ ਬਾਕੀ ਇਹ ਸ਼ੌਂਕ ਸ਼ੌਂਕ ਦੀਆਂ ਗੱਲਾਂ ਆ ਅਤੇ ਬਾਕੀ ਨੇ ਭਾਈ ਯਾਮਾ ਵੀ ਮਤਲਬ ਪੂਰੀ ਰੀਝ ਨਾਲ ਤਿਆਰ ਕਰਾਇਆ ਆ ਜਿੱਦਾਂ ਕਹਿ ਸਕਦੇ ਨਾ ਆਪਾਂ ਅਤੇ ਲੋਇਲ ਵੀ ਐਨ ਵਧੀਆ ਕਰਾਇਓ ਪਏ ਆ ਅਤੇ ਪੂਰੀ ਸਾਂਭ ਕੇ ਰੱਖਿਆ ਪਿਆ ਆ ਸੋ ਇਹ ਸੀਗਾ ਮਿੱਤਰੋ ਅੱਜ ਦਾ ਵਲੋਗ ਅਤੇ ਬਾਕੀ ਭਾਈ ਨੇ ਸਾਰਾ ਤੁਹਾਨੂੰ ਡਿਟੇਲ ਵਿੱਚ ਦੱਸੀ ਦਿੱਤਾ ਆ ਕਿ ਮਤਲਬ ਕਿੰਨੇ ਦਾ ਮਤਲਬ ਪ੍ਰਾਈਜ਼ਿੰਗ ਸਾਰਾ ਕੁਛ ਪਤਾ ਲੱਗ ਗਿਆ ਆ ਅਤੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਾ ਵਲੋਗ ਅਤੇ ਬਾਕੀ ਜੇ ਕੋਈ ਵੀ ਕੁਐਸਚਨ ਹੁੰਦਾ ਆ ਕਮੈਂਟ ਕਰਕੇ ਜ਼ਰੂਰ ਯਾਰ ਪੁੱਛ ਲਿਆ ਕਰੋ ਅਤੇ ਬਾਕੀ ਭਾਈ ਦਾ ਬਹੁਤ ਥੈਂਕ ਯੂ ਅਤੇ ਅਸੀਂ ਮਿਲਦੇ ਹਾਂ ਤੁਹਾਨੂੰ ਅਗਲੇ ਇੱਦਾਂ ਦੇ ਘੈਂਟ ਜਿਹੇ ਵਲੋਗ ਵਿੱਚ ਤਦ ਤੱਕ ਲਈ ਧੰਨਵਾਦ।